ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਹਾਂ ਬਰਨਾਲਾ ਸ਼ਹਿਰ, ਬਰਨਾਲਾ ਸੇਖਾ ਰੋਡ ਤੇ ਜੱਗੀ ਸਿੰਘ ਲਵੇ ਪਹੁੰਚੇ ਹੋਇਆ। ਕਹਿੰਦੇ ਅੱਜ ਦੇ ਚੋਬਰ ਨੇ ਗੱਲਬਾਤ ਕਰ ਲਈ ਨਾ, ਐਨ ਸਿਰਾ ਲਾਇਆ ਪਿਆ ਕੰਮ। ਇੱਕ ਤਾਂ ਲਿਆਂਦੀ ਆ ਗਿਰਲੈਂਡੋ ਵੱਛੀ, ਕਿਉਂਕਿ ਅਕਸਰ ਸੱਜਣ ਕਹਿ ਦਿੰਦੇ ਨੇ, ਮਾਇੰਡ ਨਾ ਕਰੇ ਮੇਰੀ ਗੱਲ ਦਾ, ਵੀ ਸਾਡੇ ਕੋਲੇ ਵੀ ਗਿਰਲੈਂਡੋ ਆ, ਸਾਡੇ ਕੋਲੇ ਵੀ ਆ, ਪਰ ਅਸਲੀ ਕਾਗਜ਼ਾਂ 'ਚ ਜੇ ਮੈਂ ਕਹਿੰਦਾ ਸੱਜਣੋ ਓਰਿਜਨਲ ਗਿਰਲੈਂਡੋ ਦੇਖੀ ਆਪਾਂ ਨੇ ਵੀ ਪੰਜਾਬ 'ਚ ਫਾਰਮ ਤੇ ਪਹਿਲੀ ਵਾਰੀ। ਅੱਜ ਇੱਕ ਗਿਰਲੈਂਡੋ ਦਿਖਾਵਾਂਗੇ ਤੇ ਚਾਰ ਦਿਖਾਵਾਂਗੇ ਐਚ ਐਫ, ਤਿੰਨ ਪਿਓਰ ਐਚ ਐਫ 'ਚ ਆ ਗਈਆਂ ਤੇ ਇੱਕ ਆ ਗਈ ਆਇਰ ਸ਼ਹਿਰ 'ਚ। ਕੁਆਲਿਟੀ ਸਾਰੀਆਂ ਦੀ ਟੌਪ ਹੈ ਜਮਾਂ, ਰੇਟ ਵੀ ਚੰਗੇ ਹੋਣਗੇ। ਤੁਹਾਨੂੰ ਸਟਾਰਟਿੰਗ 'ਚ ਦੱਸ ਦੇਣਾ, 50 ਵਾਲਾ ਬਾਈ ਨੂੰ ਫੋਨ ਨਾ ਕੋਈ ਲਾਇਓ, ਰੇਟ ਕੁਆਲਿਟੀ ਦੇ ਹਿਸਾਬ ਨਾਲ ਮਿਲਣਗੇ। ਅੱਜ ਦੇ ਰੇਟ ਨੇ ਜਿਹੜੇ ਚੀਜ਼ਾਂ ਦਿਖਾਵਾਂਗੇ ਸ਼ਾਨਦਾਰ, ਸਾਰੀਆਂ ਟੌਪ ਕੁਆਲਿਟੀ ਦੀਆਂ। ਸ਼ੁਰੂ ਮੇਰਾ ਖਿਆਲ ਆ ਆਇਰ ਸ਼ਹਿਰ ਤੋਂ ਕਰ ਲੈਣੇ, ਹੈਨਾ। ਹੋਰ ਜੱਗੀ ਕਿਵੇਂ ਆ? ਕੀ ਹਾਲ ਹੈ ਜੀ ਬਾਈ? ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ? ਜਮਾਂ ਫਤਿਹ। ਆਹ ਤੋਰ ਦੋ ਖੋਲ ਕੇ, ਨਾਲ ਨਾਲ ਦੀ ਡਿਟੇਲ ਦੱਸ ਦੋ। ਇਹਦਾ ਸੂਆ ਕਿਹੜਾ ਬਾਈ? ਸੂਆ ਦੂਜਾ ਬਾਈ ਜੀ। ਦੰਦਾਂ 'ਚ ਕਿਵੇਂ ਹੋਊ? ਦੰਦਾਂ 'ਚ ਛਿੱਗੀ ਆ ਬਾਈ ਜੀ। ਦੰਦਾਂ 'ਚ ਆ ਗਈ 6 ਦੰਦ, ਸੂਆ ਹੈਗਾ ਦੂਜਾ ਤੇ ਥਣ ਥਣਾਉਟ ਆ ਗਿਆ ਸੱਜਣੋ ਮੈਸਾਂ ਨਾਲ ਦਾ, ਹੈਨਾ। ਐਨ ਪੂਰੀ ਯਾਰ ਮੱਝ ਹੀ ਐ ਮਨ। ਥਣ ਥੁਣ ਮੱਝਾਂ ਵਾਲਾ ਆ ਗਿਆ, ਰੰਗ ਰੂਪ ਆ ਗਿਆ ਇਹਦਾ ਆਇਰ ਸ਼ਹਿਰ ਵਾਲਾ। ਕੁਆਲਿਟੀ ਚੰਗੀ ਆ, ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਆਇਰ ਸ਼ਹਿਰ ਦੀ ਕ੍ਰੋਸ ਆ ਥੋੜੀ ਜੀ। ਹਾਂ, ਗਰਮੀ ਗੁਰਮੀ 'ਚ ਚੱਲਣਾ ਗਿਆ ਕਿ ਤੇ ਬਾਂਹ ਇਹ ਧੁੱਪੇ ਬੰਨ ਇਹਨੂੰ ਜਮਾ ਬਾਈ। ਦੁੱਧ ਜੱਗੀ ਕਿੰਨਾ ਕੁ ਪਾ ਸਕਦੀ ਆ ਇਹ? ਦੁੱਧ ਵੀਰੇ ਨੇ 20 ਕਿਲੋ ਪਲੂਣ ਦਾ ਦਿੱਤਾ ਹੋਇਆਗਾ। ਐਤਕੀ ਜਿਹੋ ਜਿਹਾ ਮੌਸਮ ਆਗਾ, ਹਾਂਜੀ, ਆਪਾਂ ਮੌਸਮ ਤੇ ਡਿਪੈਂਡ ਕਰਦੇ ਆ ਵੀ 20 ਪਲੱਸ ਕੱਢ ਸਕਦੀ ਆ ਜਮਾ ਖੁੱਲਾ। ਆਪਾਂ ਦੁੱਧ 24-25 ਕਿਲੋ ਦੇਊਗੀ। ਠੀਕ ਹੈ ਗੱਲ, 20 ਪਲੱਸ ਦੀ ਗਰੰਟੀ ਤੇ ਭੇਜਾਂਗੇ। 20 ਪਲੱਸ ਦੀ ਬਾਈ ਕਹਿੰਦਾ ਗਰੰਟੀ ਤੇ ਭੇਜ ਦਾਂਗੇ ਤੇ ਲੇਵਾ ਦਿਖਾ ਦੀ ਤਰਸ ਵਿਊ ਜਾ ਕਰਕੇ ਲਾ ਕੇ ਨੇੜੇ। ਓਡਾ ਕੀ ਦਿਖਾਈ, ਜਿੱਡਾ ਕ ਹੈਗਾ ਵੱਡਾ ਵੱਡਾ ਬਣਾਉਣ ਵਾਲਾ ਸਿਸਟਮ ਨਾ ਰੱਖਿਆ ਕਰ ਆਪਣੇ ਚੈਨਲ ਤੇ ਜਮੀ। ਚੀਜ਼ ਓਡੀ ਆ ਦਿਖਾਉਣੀ ਆ ਜਿੱਡੀ ਚੀਜ਼ ਹੋਊਗੀ ਨਾ। ਛੋਟੀ ਗਾਂ ਨੂੰ ਅਸੀਂ ਵੱਡੀ ਬਣਾ ਕੇ ਦਿਖਾਈਏ, ਨਾਲ ਖੜ ਕੇ ਵੀ ਦਿਖਾ ਦਾਂਗੇ ਵੀ ਕਿਹੜੀ ਗਾਂ ਦਾ ਕੱਦ ਕਿੱਡਾ ਕਾ ਤੇ ਕਿਹੜੀ ਦਾ ਕੱਦ ਸੱਜਣੋ ਕਿੱਡਾ ਕਾ। ਕਿਉਂਕਿ ਕਈ ਵਾਰੀ ਧੋਖਾ ਧੜੀ ਸੱਜਣ ਕਹਿੰਦੇ ਹੋ ਜਾਂਦੀ ਆ ਵੀ ਜਦੋਂ ਨੇੜੇ ਆਉਂਦੇ ਆ ਚੀਜ਼ ਹੋਰ ਨਿਕਲਦੀ ਆ, ਪਰ ਚੀਜ਼ ਸਾਰੀ ਓਰੀਜਨਲ ਦਿਖਾਉਂਦੇ ਆ। ਇਹੋ ਜਿਹੀ ਚੀਜ਼ ਨਹੀਂ ਨਿਕਲੂਗੀ, ਜਿੰਨਾ ਜਿੰਨਾ ਡੰਗਰ ਹੋਊਗਾ, ਜਿੰਨੀ ਚੀਜ਼ ਹੋਊਗੀ ਓਨੀ ਨਿਕਲੂਗੀ। ਹਾਂ, ਆਪਣੇ ਚੈਨਲ ਤੇ ਤੁਹਾਨੂੰ ਕਦੇ ਵੀ ਯਾਰ ਇਹ ਲਾਂਭਾ ਨਹੀਂ ਮਿਲੂਗਾ ਤੁਹਾਨੂੰ ਨੂੰ ਵੀ ਗੁਰੀ ਛੋਟੀ ਗਾਂ ਸੀ ਤਾਂ ਵੱਡੀ ਦਿਖਾਤੀ। ਇਹਦੇ ਪੈਸੇ ਕਿੰਨੇ ਕਲਾਵਾਂਗੇ ਜੱਗੀ ਵੀਰੇ? ਫੋਨ ਆਪਾਂ ਜੇ ਸਾਰੇ ਜਿੰਨੀਆਂ ਗਾਵਾਂ ਨੇ, ਹਾਂਜੀ, ਫੋਨ ਤੇ ਹੀ ਕਰਾਂਗੇ ਮੁੱਲ ਸਾਰੀਆਂ ਗਾਵਾਂ ਦਾ। ਮੁੱਲ ਫੋਨ ਤੇ ਕਰ ਦਾਂਗੇ, ਬਾਈ ਉਹਨਾਂ ਨੇ ਲੈ ਲਾਂਗੇ ਜਿੰਨੇ ਜਿੰਨੇ ਉੱਡਦੀਆਂ ਨੇ, ਜਿੰਨੇ ਜਿੰਨੇ ਉੱਡਦੀਆਂ ਨੇ, ਕੋਈ ਨਜਾਇਜ਼ ਮੁੱਲ ਕਿਸੇ ਦਾ ਨਹੀਂ ਹੋਊਗਾ। ਠੀਕ ਹੈ, ਮੁੱਲ ਜਾਇਜ਼ ਹੋਣਗੇ ਜਮਾ। ਤੇ ਹੁਣ ਤੋਰ ਦੇ 2 ਨੰਬਰ ਵਾਲੀ ਤਾਂ 100 ਤੇ ਮਾਰ ਦੇ ਕੈਮਰਾ, ਓਏ ਐਦੀ ਕਰਾ ਦੀ ਤਸੱਲੀ ਹਰੇਕ ਪੱਖ ਤੋਂ ਸਮਾਰ ਕੇ, ਪਰ ਇੱਥੋਂ ਤੁਰਨੀ ਨਹੀਂ ਆੜੀ ਇਹ, ਇਹਦੇ ਲੇਵੇ ਲੂਵੇ ਤੇ ਮਾਰ ਦੇ। ਇਹ ਆ ਗਈ ਪਿਓਰ ਗਿਰਲੈਂਡੋ 'ਚ ਆ ਗਈ 100 ਦਾ 100 ਓਰਿਜਨਲ ਗਿਰਲੈਂਡੋ ਆ ਗਈ। ਬਾਡੀ ਬੁੱਡੀ ਉੱਤੋਂ ਇਹਦੀ ਮੈਸਾਂ ਵਾਲੀ ਹੈ ਜੇ ਗੱਲਬਾਤ ਕਰ ਲਈਏ, ਕਿਉਂਕਿ ਬਾਡੀ ਬੁੱਡੀ ਦੀ ਵੀ ਲਾਜਵਾਬ ਆ ਆਰਡਰ ਤੁਹਾਨੂੰ ਇਹਦਾ ਹੁਣ ਦੱਸੀਏ ਜਾਂਦਾ ਵੀ ਲੈ ਕੇ ਤੋਂ ਤੁਰਿਆ ਜਾਂਦਾ ਨਹੀਂ। ਇਹਦਾ ਸੂਆ ਜੱਗੀ ਕਿਹੜਾ? ਸੂਆ ਦੂਜਾ ਬਾਈ ਜੀ। ਦੰਦਾਂ 'ਚ ਕਿਵੇਂ ਹੋਊ? ਦੰਦਾਂ 'ਚ ਵੀਰੇ ਪੱਤੇ ਨਹੀਂ, ਦੰਦ ਆਪਾਂ ਚੈੱਕ ਕਰ ਲਾਂਗੇ। ਠੀਕ ਹੈ ਗੱਲ, ਉੱਥੇ ਥੋੜਾ ਜਿਹਾ ਵੈੜ ਹੱਥ ਨਹੀਂ ਸੀ ਤਰ੍ਹਾਂ ਦੀ ਖੁੱਲੀ ਆਈ ਸੀ ਨਾ ਫਾਰਮ 'ਚੋਂ। ਠੀਕ ਹੈ, ਤਾਂ ਕਰਕੇ ਆਪਾਂ ਦੰਦ ਹੁਣ ਮੌਕੇ ਤੇ ਪੱਟ ਕੇ ਦਿਖਾ ਦਿੰਨੇ ਆ ਕਿੰਨੇ ਦੰਦ ਆ। ਦੰਦ ਬਾਈ ਕਹਿੰਦਾ ਕਰਵਾ ਦਾਂਗੇ ਚੈੱਕ, ਪਰ ਹਾਂ ਇਹਦਾ ਨਵਾਂ ਹੀ ਆ, ਬਾਡੀ ਬੁੱਡੀ ਬਹੁਤ ਆ ਬੈਠ ਦੀ। ਜਿਹੜੇ ਸੱਜਣ ਨੇ ਯਾਰ ਇਹ ਤਿਆਰ ਕਰੀ ਆ, ਉਹ ਵੀ ਵਧਾਈ ਦਾ ਪੱਤਰ ਹੈ, ਕਿਉਂਕਿ ਐਡਾ ਨਗੀਨਾ ਤਿਆਰ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜੱਗੀ। ਆਹ ਚੀਜ਼ਾਂ ਤਿਆਰ ਕਰਨੀਆਂ ਇੱਥੋਂ ਦਿਖਾ ਦੇ ਦਰਸ ਲੰਬਾਈ ਲੰਬੂਈ ਤੇ ਬਾਈ, ਐਡੇ ਐਡੇ ਡੰਗਰ ਤਿਆਰ ਕਰਨੇ ਬਹੁਤ ਔਖੇ। ਦਿਨ ਕਿੰਨੇ ਕੁ ਕੱਢ ਦੂਗੀ? ਇੱਕ ਹਫ਼ਤਾ ਪਿਆ ਬਾਈ ਜੀ ਇਹਦਾ ਪੂਰਾ, ਹਫ਼ਤੇ ਦੀ ਕੱਚੀ ਆ। ਦੁੱਧ ਦੀ ਕੀ ਰਿਪੋਰਟ ਹੈ ਜੀ? ਦੁੱਧ ਦਾ 28 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ। 27-28 ਹਾਂਜੀ। ਫੈਟ ਪਰਸੈਂਟੇਜ ਕੀ ਹੈ ਇਹਦੀ? ਫੈਟ ਵੀਰੇ 60 ਤੋਂ ਉੱਤੇ ਉੱਤੇ ਹੀ ਆਉਣੀ ਹੈ ਜੀ। ਇਹਦੀ ਫੈਟ ਪਰਸੈਂਟੇਜ ਜ਼ਿਆਦਾ ਚਾਹੀਦੀ ਹੈ, ਹੈਨਾ। ਹਾਂਜੀ, ਕਿਉਂਕਿ ਬਾਕੀ ਜਿਹੜੇ ਸੱਜਣ ਨੂੰ ਇਹ ਨਸਲ ਬਾਰੇ ਨਾ ਜਾਣਕਾਰੀ ਹੋਈ, YouTube ਤੇ ਭਰ ਲਿਓ ਗਿਰਲੈਂਡੋ, ਭਰ ਲਿਓ ਨਾਲ ਫੁੱਲ ਡਿਟੇਲ ਇਹਨਾਂ ਦੀ, ਉੱਥੇ ਤੇ ਨਿਕਲ ਆਊਗੀ। ਤੇ ਮੇਨ ਗੱਲ ਆ ਠੰਡੀ ਸੀਲ ਆ, ਲੇਵੇ 'ਚ ਹਲੇ ਝੋਲ ਝੂਲ ਵੀ ਬਹੁਤ ਆ। ਆ ਦੇਖੋ ਆਪਾਂ ਗੱਬੜ ਦੀਆਂ ਵੀ ਧਾਰਾਂ ਮਾਰ ਕੇ ਹੀ ਦਿਖਾ ਦਿੰਨੇ ਆ।
ਗੱਬਣ ਹੈ, ਇਹਨੂੰ ਕੋਈ ਸੱਜਣ ਸੂਈ ਹੋਈ ਨਾ ਸਮਝ ਜਾਓ ਵੀ ਕਿਤੇ ਸੂਈ ਹੋਈ ਆ, ਬੱਚਾ ਕਿਤੇ ਸਾਨੂੰ ਨਜ਼ਰ ਨਹੀਂ ਆਉਂਦਾ, ਇਹ ਗੱਬਣ ਆ ਬਾਈ। ਕਹਿੰਦਾ ਠੰਡੀ ਸੀਲ ਤੁਹਾਡੇ ਸਾਹਮਣੀ ਆ ਵੀ ਗੱਬਣ ਦੀ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਿੰਦੇ ਹਾਂ, ਇਹਦੀ ਫੈਂਟ ਪਰਸੈਂਟੇਜ ਵੀ ਚੰਗੀ ਹੋਊ ਤੇ ਇਹ ਨਸਲ ਆ ਜਿਹੜੀ ਯਾਰ ਇਹ ਨਸਲ ਮਿਲਦੀ ਵੀ ਬਹੁਤ ਘੱਟ ਆ, ਰੇਅਰ ਮਿਲਦੀ ਆ ਬੱਚੀ, ਇਹਦੇ ਪੈਸੇ ਵੀ ਫੋਨ ਤੇ ਲਵਾਂਗੇ, ਫੋਨ ਤੇ ਮੁੱਲ ਕਰਾਂਗੇ ਸਾਰੀਆਂ ਸਾਰੀਆਂ ਦਾ। ਤੇ ਹੁਣ ਤਾਂ ਸਾ ਇਧਰਲੇ ਬੰਨੇ ਲਿਆ ਜਾਓ, ਆ ਵੀ ਤੋਰ ਦੇ ਖੋਲ ਕੇ, ਆ ਵੀ ਤੋਰ ਦੇ ਬਾਈ ਖੋਲ ਕੇ, ਤਿੰਨ ਨੰਬਰ ਵਾਲੀ ਨੰਬਰ ਬੈਜ ਬਾਈ ਨਾਲ ਗੱਲਬਾਤ ਕਰ ਲਿਓ, ਉਹ ਬੱਚੀ ਆ ਗਈ ਤਿੰਨ ਨੰਬਰ ਦੇ, ਕਿਉਂਕਿ ਰੰਗ ਰੂਪ ਤਕਰੀਬਨ ਇਧਰਲੀਆਂ ਦਾ ਇੱਕੋ ਜਿਹੀ ਆ, ਉਲਝੇ ਨਾ ਕੰਮ ਤੁਹਾਡਾ। ਇਹਦਾ ਕਿਹੜਾ ਸੂਆ ਬਾਈ? ਸਾਰੀਆਂ ਦੂਜਾ ਸੂਆ ਹੀ ਨੇ ਬਾਈ, ਸਾਰੀਆਂ ਦੂਜਾ ਸੂਆ, ਦੂਜਾ ਤੇ ਤੀਜਾ ਸੂਆ ਬੈੜਾ ਹੁੰਦੀਆਂ ਜਾਂ ਪਹਿਲਾ ਹੋਊਗੀ। ਠੀਕ ਹੈ ਜੀ, ਇਹ ਮੇਰਾ ਖਿਆਲ ਕੱਢਦੀ ਆ ਦਿਨ ਕਈ ਹੈ ਨਾ। ਹਾਂਜੀ, ਇਹਦਾ ਵੀ 10 ਦਿਨ ਪਏ ਆ ਜੀ ਹਜੇ ਬਾਕੀ, ਇਹ ਵੀ 10 ਦਿਨ ਡੇਢ ਗੇੜ ਕੱਢ ਦੂ ਤੇ ਕੱਦ ਵੱਡਾ ਆ ਗਿਆ, ਇਹਦਾ ਫੁੱਲ ਵੱਡਾ, ਪ੍ਰਿੰਟ ਪ੍ਰੁੰਟ ਵੀ ਚੰਗਾ ਆ ਗਿਆ ਬੱਚੀ ਦਾ, ਜੇ ਗੱਲਬਾਤ ਕਰ ਲਈਏ ਇਹਦੇ ਤਾਂ ਨਹੀਂ ਦੰਦ ਚੈੱਕ ਕਰੇ। ਇਹ 6 ਦੰਦ ਹੀ ਇਹ ਆ ਜੀ, ਇਹ ਆ ਗਈ 6 ਦੰਦ, ਬਾਕੀ ਜਿਹੜੇ ਸੱਜਣ ਨੇ ਲੈ ਕੇ ਜਾਣਾ ਯਾਰ ਕੋਈ ਵੀ ਜਾਨਵਰ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਬਾਈ ਤੋਂ, ਦੰਦ ਦੁੰਦ ਜਿੰਨੀ ਜਿਹੜੀ ਜਿਹੜੀ ਚੀਜ਼ ਦੱਸੂਗਾ ਉਹ ਚਾਹੇ ਤੁਸੀਂ ਚੈੱਕ ਕਰਕੇ ਲੈ ਜਾਓ। ਝੋਲ ਝੂਲ ਦਿਖਾ ਦੇ ਤਾਂ ਸਾ ਇਧਰਲੇ ਬੰਨੇ ਮਾਰ ਕੇ ਕੈਮਰਾ, ਓਏ ਇਧਰਲੇ ਬੰਨੇ ਦਿਖਾ ਦੇ। ਦਿਨ ਬਾਈ ਕਹਿੰਦਾ ਕੱਢਦੀ ਆ ਕਈ ਹਜੇ, ਇਹ 8 ਤੋਂ 10 ਦਿਨ ਕੱਢ ਦੂਗੀ, ਤੇ ਮੇਨ ਗੱਲ ਆ ਬਾਡੀ ਵਾਲੇ ਨਾਲ ਖੜ ਕੇ ਜੱਗੇ ਇਹਦਾ ਵੀ ਕੱਦ ਕੱਢਦਾ ਕਰਾ ਦੇ ਆੜੀਆ, ਇੱਥੇ ਤੋਂ ਇਹਦੇ ਵੀ ਕੱਦ ਕੱਢਦਾ ਅੰਦਾਜ਼ਾ ਲਾ ਲਿਓ। ਤੇ ਹੁਣ ਤੋਰ ਦੇ 4 ਨੰਬਰ ਵਾਲੀ ਗਾਂ, ਇਹਦਾ ਸੂਆ ਕਿਹੜਾ ਬਾਈ? ਇਹਦਾ ਵੀ ਦੂਜਾ ਸੂਆ ਜੀ, ਤਕਰੀਬਨ ਸਾਰੀ ਦੂਜੇ ਸੂਏ ਚ ਆ ਗਈਆਂ, ਇਹ ਮੇਰਾ ਖਿਆਲ ਕੱਢਦੀ ਆ ਦਿਨ ਕਈ ਹਨਾ। ਇਹਦਾ ਬਾਈ ਜੀ 1 ਮਹੀਨਾ ਬਾਕੀ ਆ ਪੂਰਾ ਪੂਰਾ 1, ਹਾਂ ਇਹ ਆਪਾਂ ਚਲੋ ਵੈਲ ਪਾਤੀ ਵੀਡੀਓ ਚ ਪਾਉਣੀ ਨਹੀਂ ਸੀ ਵੈਸੇ, ਠੀਕ ਹੈ ਗੱਲ ਆ। ਇਹਦਾ 1 ਮਹੀਨਾ ਪੂਰਾ ਬਾਕੀ ਆ, 30 ਕਿਲੋ ਦੁੱਧ ਇਹਦਾ ਨੈਟ ਦਿੱਤਾ ਹੋਇਆ ਆਪਾਂ ਇੱਥੋਂ ਆਪਣੇ ਘਰਾਂ ਕੋਲ ਹੀ ਲਈ ਆ। ਠੀਕ ਹੈ ਗੱਲ, ਫਾਰਮ ਆਪਣੇ ਨੇੜੇ ਉੱਥੋਂ ਹੀ ਲਈ ਆ, ਥੋੜੀ ਥੋੜੀ ਚੱਲ ਵੀ ਥੱਲਿਓ ਨਾ। ਹਾਂਜੀ, ਸਟਾਰਟ ਥੱਲਿਓ ਹੋ ਗਈ, ਮਹੀਨੇ ਡੇਢ ਗੇੜ ਬਾਈ ਕਹਿੰਦਾ ਕੱਢ ਦੂ ਤੇ ਸੂਗੀ ਜਾ ਕੇ ਪੂਰੀ ਸੋਹਣੀ ਰੁੱਤ ਮੈਂ ਨਾ, ਪੂਰੀ ਟੌਪ ਰੁੱਤ ਚ ਜਾਊਗੀ ਵੀਰ। 1 ਮਹੀਨੇ ਨੂੰ ਗਰਮੀ ਵੀ ਘਟ ਜਾਣੀ ਆ, ਦੁੱਧ ਦੀ ਵੀ ਕੁਆਲਿਟੀ ਪੂਰੀ ਕੱਢਣੀ ਆ ਨੇ, ਵੈੜ ਨੇ ਬਰੀਡੜਾ ਪੂਰੀ, ਦੰਦਾਂ ਦੀ ਇਹ ਵੀ 6 ਦੰਦ ਆ ਗਈ, 6 ਦੰਦ। ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਗਾਵਾਂ ਹੁੰਦੀਆਂ ਨੇ ਜਿਹੜੀਆਂ ਜਿਵੇਂ ਆਪਾਂ ਕਹਿ ਲਈਏ ਵੀ ਗਰਮੀ ਚ ਸਿਆਰ ਤੋਂ 2 ਮਹੀਨੇ ਪਹਿਲਾਂ ਸੂਪੀਆਂ, ਸਰਦੀ ਚ ਜਾ ਕੇ ਹੋ ਸਕਦਾ ਵੀ ਇਹ ਪੀਕ ਲੈਵਲ ਫੜ ਲੈਣ ਬਾਈ ਹਨਾ, ਸਰਦੀ ਜਾ ਕੇ ਦੁੱਧ ਵੱਧ ਜਾਂਦੀਆਂ ਨੇ ਇਹ ਗਰਮੀ ਨਾਲੋਂ, ਕਿਉਂਕਿ ਇਹ ਸਰਦੀ ਵਾਲੀਆਂ ਆਈਟਮਾਂ ਆ ਗਈਆਂ ਜ਼ਿਆਦਾਤਰ। ਤੇ ਹੁਣ ਤੋਰ ਦੇ ਅਗਲੇ ਨੰਬਰ ਵਾਲੀ, ਹੁਣ ਆ ਗਈ 5 ਨੰਬਰ ਵਾਲੀ, ਉਹਨੂੰ ਪਰਲੇ ਬੰਨੇ ਤੋਰ ਦੇ ਉਧਰ ਹੀ। ਉਹਦਾ ਸੂਆ ਕਿਹੜਾ? ਸੂਆ ਉਹਦਾ ਵੀ ਦੂਜਾ ਜੀ, ਉਹ ਕਹਿ ਕੇ ਦਿਨ ਕੱਢਦੀ ਆ, 1 ਹਫ਼ਤਾ ਇਹਦਾ ਬਾਕੀ ਆ ਜੀ, ਇਹ ਕੱਢਦੀ ਆ 1 ਹਫ਼ਤਾ। ਠੰਡੀ ਸੀਲ ਇਹ ਵੀ ਬਹੁਤ ਜ਼ਿਆਦੇ ਆ, ਹਾਂ ਬੋਝ ਕੇ ਮੋੜ ਲੈ ਆਂਦੀ, ਦਰਦੀ ਆ ਥੋੜੀ ਪੂਰਾ, ਵੱਡੀ ਬੁੱਢੀ ਬੋਡੀ ਵੇਟ ਕਰਨੀ ਉਹ ਤਾਂ ਤੇਰੇ ਵਾਲੀ ਆ, ਜਿਵੇਂ ਤੂੰ ਕਹਾਤ ਪਾਉਣਾ ਹੋਣਾ ਵੀ ਇਹ ਗ੍ਰੇਟ ਖਲੀ ਨਾਲ ਦੀ ਹੋਈ ਆ। ਹਾਂ ਗ੍ਰੇਟ ਖਲੀ ਨਾਲ ਦੀ ਕੱਦ ਵੱਡਾ, ਟਰੱਕ ਜਿੱਡੀ ਵੈੜ ਆ ਗਈ ਇਹਦਾ ਨਾ, ਇਹਦਾ ਪ੍ਰਿੰਟ ਪ੍ਰੁੰਟ ਸੱਜਣੋ ਸਾਰੀਆਂ ਨਾਲੋਂ ਟੌਪ ਆ, ਜੇ ਗੱਲਬਾਤ ਕਰ ਲਈਏ ਥਣ ਥੋਣੇ ਨੂੰ ਮੈਂ ਸਾਲਾ ਹੀ ਲੱਗਿਆ ਜਮੀ ਸਿਸਟਮ, ਇੱਥੇ ਖੜਾ ਲਾ ਮੜੀ ਜੀ, ਇਹ ਇੱਥੇ ਖੜਾ ਕੇ ਫੇਸ ਕੁਆਲਿਟੀ ਤੇ ਮਾਰਦੇ ਦਰਸ ਕੈਮਰਾ ਇੱਥੋਂ, ਓਏ ਕੰਨ ਵੀ ਜਮਾ ਨਿੱਕਾ ਨਿੱਕਾ ਲੱਗਿਆ ਨਾ, ਇਹਦੀ ਕੁਆਲਿਟੀ ਆ ਵੈੜ ਦੀ ਟੌਪ ਕੁਆਲਿਟੀ ਦੀ ਨੇ ਸਾਰੀਆਂ ਪੈਣਾ, ਜਿੰਨੀਆਂ ਕਦੀ ਮੈਂ ਗੱਲ ਕਰਨਾ ਕਮਾ ਦੇ ਆਈ ਦਵਾ ਦੇ ਕਿਹੜਾ ਇੱਥੇ। ਇਹਦਾ ਕੱਦ ਬੈੱਡ ਫੁੱਲ ਵੱਡਾ, ਬੋਡੀ ਬੂਡੀ ਦੀ ਗੱਲ ਕਰ ਲਈਏ ਉੱਤੋਂ ਜਾਣ ਵਾਲੀ ਆ, ਤੇ ਲੈਗ ਸਕੋਰ ਵੀ ਯਾਰ ਗਾਂ ਦਾ ਪੂਰਾ ਪੂਰਾ ਮਜ਼ਬੂਤ ਆ ਵੀਰ। ਹਾਂ ਇੱਥੋਂ ਦਿਖਾ ਦਰਸ ਇਹਦਾ ਪ੍ਰਿੰਟ ਪ੍ਰੁੰਟ, ਇਹ ਦੁੱਧ ਕਿੰਨਾ ਕੁ ਪਾ ਦੂਜੇਗੀ? ਦੁੱਧ ਤਾਂ 25 ਕਿਲੋ ਪਲੂਣ ਦਾ ਪਾਇਆ ਹੋਇਆ ਵੀਰ, ਇਹਦਾ ਹੱਕ ਆ ਯਾਰ 30-32 ਪਾਉਣ ਦਾ ਹਨਾ। ਹਾਂ ਇਹ ਕਿ 30 ਕਿਲੋ ਤਾਂ ਤੈਨੂੰ ਕੱਢਣਾ ਚਾਹੀਦਾ, ਜਿਹੋ ਜਿਹਾ ਇਹਦਾ ਬੋਡੀ ਵੇਟ ਆ ਤੇ ਇਹਦੀ ਉਮਰ ਦੇ ਹਿਸਾਬ ਨਾਲ, ਜੇ ਇਹਨੇ 30 ਨਾ ਕੱਢਿਆ ਫਿਰ ਤਾਂ HF ਦੇ ਨਾਂ ਤੇ ਕਲੰਕੇ ਲੱਗ ਜੂ ਹਨਾ। ਹਾਂ ਇਹਦਾ 30-32 ਕਿਲੋ ਪਾਉਣ ਦਾ ਹੱਕ ਆ, ਕਿਉਂਕਿ ਬਾਡੀ ਬੂਡੀ ਤੁਹਾਨੂੰ ਦੱਸੂਗੀ ਤੇ ਥਣ ਥੁਣ ਵੀ ਦੱਸਦਾ, ਇਹਦਾ ਕੱਦ ਵੀ ਦਿਖਾ ਦੇ ਜੱਗੀ ਨਾਲ ਖੜ ਕੇ ਮੜਾ ਜਾ, ਪਰਲੇ ਬੰਨੇ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੇ ਖੜ ਕੇ, ਕੱਦ ਵੱਡਾ ਆ ਗਿਆ ਇਹਦਾ ਵੀ ਫੁੱਲ ਵੱਡਾ, ਉਹ ਡਰਦੀ ਆ ਥੋੜੀ ਜਿਹੀ ਹਨਾ। ਇਹ ਵੀਰੇ ਫਾਰਮ ਦੀਆਂ ਬੈੜਾ, ਇਹਨਾਂ ਦੇ ਹੱਥ ਨਹੀਂ ਫਿਰਿਆ ਕਿਸੇ ਤੇ ਵੀ। ਠੀਕ ਆ ਗੱਲ, ਉੱਥੇ ਖੁੱਲੀਆਂ ਰਹਿੰਦੀਆਂ ਨੇ, ਉੱਥੇ ਖੁੱਲੀਆਂ ਰਹਿੰਦੀਆਂ ਨੇ, ਉੱਥੇ ਕਿਹੜਾ ਕੋਈ ਹੱਥ ਫੇਰਦਾ ਇਹਨਾਂ ਤੇ। ਹਾਂ ਉੱਥੇ ਖੁੱਲੀਆਂ ਰਹਿਣ ਕਰਕੇ ਉਰੇ ਆ ਕੇ ਥੋੜਾ ਤਲਿਆਰਾ ਮੰਨ ਜਾਂਦੀਆਂ ਨੇ, ਬਸ ਮੂਰੀ ਮਾਰੀ ਦਾ ਕਰ ਜਾਂਦੀਆਂ ਨੇ, ਬਹਿ ਤਾਂ ਠੰਡੀ ਬਹੁਤ ਆ ਬੱਚੀ ਇਹ। ਉਹ ਗਿਰਲੈਂਡੋ ਕਿਹੜਾ ਹੋਰ ਤੋਰ ਦੇ। ਹਲੋ
ਮੈਨੂੰ ਕਹਿੰਦਾ ਵੀ ਹੱਥ ਨੀ ਫਰਾਉਂਦੀ ਜਾਂ ਹੋਰ ਨੀ, ਠੀਕ ਹੈ ਉਹ ਚੀਜ਼ ਦੀ ਠੰਡੀ ਬਹੁਤ ਆ ਮੱਛੀ, ਠੰਡੀ ਸੀਲ ਬਾਈ ਕਹਿੰਦਾ ਹੈਗੀ ਕਵਰਾ ਆ ਜਾਂਦੀ ਆ ਥੋੜਾ ਜਿਹਾ, ਤੇ ਹੁਣ ਤਰਸ ਲੈ ਚੱਲ ਗਿਰਲੈਂਡੋ ਕਨੀ ਵਾ ਲੰਬੀ ਜੀ ਚਲਾ ਦੀ ਜਾਂਗਾ ਨੇੜਿਓਂ ਜੇ ਫੜ ਕੇ, ਇਹਦੇ ਕਰਕੇ ਬਹਿ ਗਿਆ ਮੈਂ 2 ਘੰਟੇ ਬਾਈ ਕੋਲੇ, ਐਨੂੰ ਚਲਾ ਦੇ ਐਨੂੰ ਚਲਾ ਦੇ ਇਹਦੇ ਕਰਕੇ ਆਇਆ ਹਜੇ ਉਤਰੀ ਹੋਈ ਆ ਤੇਰੇ ਸਾਹਮਣੇ ਆ ਕੇ ਉਤਰੀ ਆ ਹਨਾ, ਹਾਂ ਇਹਨੂੰ ਇਹਦੇ ਕਰਕੇ ਡੀਕਣਾ ਪੈ ਗਿਆ 2 ਘੰਟੇ ਸਿਸਟਮ ਰੋਕਣਾ ਪੈ ਗਿਆ ਅੱਜ ਮੈਨੂੰ, ਕਿਉਂਕਿ ਬਾਈ ਨੇ ਵੀਡੀਓ ਦਿਖਾਤੀ ਮਹਾ ਯਾਰ ਗਿਰਲੈਂਡੋ ਵਿੱਚ ਪਾ ਕੇ ਜਾਵਾਂਗੇ ਵੀਡੀਓ ਤੇ, ਚਾਹੇ ਅੱਧੀ ਰਾਤ ਹੋ ਜੇ ਅੱਜ ਉਰੇ ਤੋਰਦੇ ਹੱਕ ਦੇ ਮਾੜੀ ਜੀ ਤੋਰ ਪੁੱਤ ਆ ਚਲਾ ਦੇ ਤਲਿਆਰੇ ਦਾ ਕਰਦੀ ਆ ਬਾਈ ਹਨਾ, ਗੱਲ ਨੀ ਫੜ ਲਓ ਮੂਹਰੀ ਤੇ ਤੁਰਦੀ ਘਾਟਾ ਫਾਰਮ ਚ ਖੁੱਲੀ ਆਈ ਹੈ ਨਾ, ਠੀਕ ਹੈ ਗੱਲ ਆਰਡਰ ਉਡਰ ਬਹੁਤ ਆ ਬਾਈ ਯਾਰ, ਬਹੁਤ ਸੋਹਣਾ ਆਰਡਰ ਆ ਯਾਰ, ਕਿੰਨਾ ਕੁ ਦੁੱਧ ਪਾ ਸਕਦੀ ਆ, ਉਹ ਯਾਰ 30 ਕਿਲੋ ਤੋਂ ਤੈਨੂੰ ਕੋਈ ਵਾੜਾ ਨਹੀਂ ਹੈਗਾ ਯਾਰ, ਇੱਥੋਂ ਦਿਖਾ ਤਰਸ ਕੁਆਲਿਟੀ ਓਏ, ਇਹ ਇੱਥੇ ਰੋਕ ਲਾ ਮਾੜੀ ਜੀ, ਜਿਹੜੇ ਸੱਜਣ ਨੂੰ ਸ਼ੱਕ ਹੋਈ ਵੀ ਪਿਓਰ ਗਿਰਲੈਂਡੋ ਨੀ ਹੈਗੀ ਉਹ ਯੂਟਿਊਬ ਤੇ ਸਰਚ ਮਾਰ ਕੇ ਇਹਦੀ ਫੋਟੋ ਦੇ ਨਾਲ ਮਿਲਾ ਕੇ ਦੇਖ ਲਓ, ਹਾਂ ਮਿਲਾ ਕੇ ਦੇਖ ਸਕਦੇ, ਇਹ ਦੱਸ ਦੂਗੀ ਬੋਡੀ ਲੈਂਗੁਏਜ ਆਪਣੇ ਕੋਲ ਹੀ ਜੰਮੀ ਆ ਇਹ, ਇਹਦੇ ਚ ਕੀ ਗੱਲ ਹੁੰਦੀ ਹੈ, ਇਹਦੀ ਜਿਹੜੀ ਬਰੀਡ ਹੈ ਚਲੋ ਗਰਲੈਂਡੋ ਦਾ ਲੋਕ ਬਹੁਤ ਵੀਡੀਓ ਪਾਉਂਦੇ ਆ ਹਾਂਜੀ ਯੂਟਿਊਬ ਤੇ ਗਰਲੈਂਡੋ ਆਉਂਦੀਆਂ, ਪਰ ਇਹਨੂੰ ਜਿਹੜੀ ਆਪਾਂ ਜਮਾ ਜਿੱਥੋਂ ਦੀ ਜੰਮ ਪਾਲਨੇ ਗਰਲੈਂਡੋ ਉਹਨਾਂ ਦਾ ਮਿਲਾ ਕੇ ਦੇਖ ਸਕਦੇ ਆ, 100 ਦੀ 100 ਮਿਲੂਗੀ, ਨਹੀਂ ਉਹੀ ਗੱਲ ਕਹਿੰਦੇ ਆ ਵੀ ਬਰੀਡ ਚ 100 ਦੀ 100 ਖਰੀ ਆ ਬਿਲਕੁਲ, ਇੱਥੋਂ ਦਿਖਾ ਦੇ ਤਰਸ ਹੋਏ ਆਰਡਰ ਉਡਰ ਤੇ ਮਾਰ ਕੇ, ਆਰਡਰ ਤਾਂ ਬਹੁਤ ਚੰਗਾ ਲੱਗਿਆ ਜੀ ਬਹੁਤ, ਕਿਉਂਕਿ ਦਿਨ ਹਜੇ ਇਹ ਕੱਢੂਗੀ ਹਜੇ ਝੋਲ ਝੂਲ ਬਹੁਤ ਪਈ ਆ, ਦਿਨ 5-7 ਬਾਈ ਕਹਿੰਦਾ ਪਾ ਸਕਦੇ ਆ ਕਿਉਂਕਿ ਜਾਣ ਜੂਣ ਬਹੁਤ ਹੈ, ਤੇ ਹਲੇ ਮੇਰਾ ਖਿਆਲ ਆ ਟੋਏ ਟੂਏ ਵੀ ਨਹੀਂ ਦੱਬੇ ਕੇ ਤੂੰ ਹਨਾ, ਮੈਂ ਕਿਹਾ ਕਿਸੇ ਪਾਸੋਂ ਵੀ ਜਾ ਹਲੇ ਗਾ ਕੈਡੀ ਪਈ ਆ ਉੱਤੋਂ ਬਿਲਕੁਲ 5 ਤੋਂ 7 ਦਿਨ ਕੱਢ ਦੂਗੀ, ਨੰਬਰ ਬੋਲ ਦੋ ਜੱਗੀ ਆਪਣਾ 98153-6107 ਜੀ, ਇੱਕ ਵਾਰੀ ਹੋਰ ਬੋਲ ਦੋ 98153-6107, ਕਿੰਨੀਆਂ ਕੁ ਗਾਵਾਂ ਹੁੰਦੀਆਂ ਆਪਣੇ ਕੋਲੇ, ਗਾਵਾਂ ਆਪਣੇ ਕੋਲੇ ਜੀ ਐਂ ਮੰਨੋ ਵੀ 15-17 ਗਾਵਾਂ ਹਰ ਵਕਤ ਖੜੀਆਂ ਰਹਿੰਦੀਆਂ, ਮੱਝਾਂ ਵੀ ਹੁੰਦੀਆਂ ਨੇ ਉਹ ਅੰਦਰ ਖੜੀਆਂ ਨੇ, ਠੀਕ ਆ ਗੱਲ, ਕੱਲ ਦੀ ਵੀਡੀਓ 'ਚ ਆਪਣੀਆਂ ਛੋਟੀਆਂ ਗਾਵਾਂ ਵੀ ਆਉਣਗੀਆਂ, ਠੀਕ ਆ ਗੱਲ, ਆ ਵੀਡੀਓ 'ਚ ਇੱਕ 'ਚ ਨੋਰਮਲ ਰੇਟ ਵਾਲੀਆਂ ਵੀ ਬਾਈ ਕਹਿੰਦਾ ਪਾਵਾਂਗੇ, ਸੱਜਾ ਨੋਰਮਲ ਰੇਟਾਂ ਵਾਲੇ ਵੀ ਬਹੁਤ ਵੀਡੀਓ ਹੋਣਗੀਆਂ ਆਪਣੀਆਂ, ਆ ਇੱਕ ਥੋੜੇ ਜਿਹੇ ਹਾਈ ਕੁਆਲਿਟੀ ਆ ਗਈ ਜਿਵੇਂ ਬਾਹਰ ਵਾਲੇ ਸੱਜਣਾ ਦੀ ਡਿਮਾਂਡ ਹੁੰਦੀ ਆ ਜਾਂ ਫਾਰਮਿੰਗ ਵਾਲੇ, ਮਹਾਰਾਸ਼ਟਰ ਗੁਜਰਾਤ ਵਗੈਰਾ ਹੁੰਦਾ ਨਾ ਗਾਹਕ, ਜਿਵੇਂ ਫਾਰਮ ਵਾਲੇ ਸੱਜਣਾ ਦੀ ਮੰਗ ਹੁੰਦੀ ਆ ਆਪਣੇ ਕੋਲੇ 8-10 ਵਿਹੜਾਂ ਵੱਡੀਆਂ ਹਰ ਵਕਤ ਖੜੀਆਂ, ਇੱਧਰ ਵੀ ਮਾਰਦੀ ਤਰਸ ਕੈਮਰਾ, ਉਹ ਸੱਜਣ ਬਾਈ ਕੋਲੇ ਪਹੁੰਚੇ ਵੀ ਹੋਏ ਨੇ ਧੌਲੇ ਪਿੰਡ ਤੋਂ, ਉਧਰਲੇ ਬੰਨੇ ਵੀ ਮਾਰਦੀ ਕੈਮਰਾ, ਬਾਈ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾ ਦੇਣਾ ਮੈਂ ਕਿਉਂਕਿ ਪੁਰਾਣੇ ਖਿਡਾਰੀ ਰਹੇ ਨੇ ਇਸ ਕੰਮ ਦੇ, ਨਾਮ ਦੱਸ ਦੋ ਜੀ ਆਪਣਾ, ਨਾਮ ਦੱਸ, ਮੱਖਣ ਲਾਲ ਆ ਮੇਰਾ ਨਾਮ, ਨਾਮ ਮੱਖਣ ਲਾਲ, ਪਿੰਡ ਧੌਲਾ ਜੀ, ਪਿੰਡ ਧੌਲਾ ਜੀ, ਗਾਵਾਂ ਚੈੱਕ ਕਰਨਾ ਬਾਈ ਕੋਲ, ਹਾਂਜੀ ਕਿਵੇਂ ਬੰਦਾ, ਕਿਵੇਂ ਬੰਦਾ, ਬਹੁਤ ਵਧੀਆ ਜੀ, ਬਹੁਤ ਵਧੀਆ, ਮੇਰੀ ਬਹੁਤ ਚਿਰ ਦੀ ਲਿਆ ਜਾ ਬੰਦੇ ਨਾਲ, ਠੀਕ ਹੈ ਜੀ, 20-25 ਸਾਲ ਤੋਂ ਜਾਣਦਾ ਮੈਂ, ਜਿਹੜੀ ਗੱਲ ਕਹਿਤੀ ਉਹੀ ਗੱਲ ਹੋਊਗੀ, ਠੀਕ ਹੈ ਜੀ, ਕੋਈ ਗੱਲ ਐ ਨਹੀਂ, ਫਰਕ ਨਹੀਂ ਹੋ ਕਿਸੇ ਗੱਲ 'ਚ, ਵਧੀਆ ਕੁਆਲਿਟੀ ਦੀਆਂ ਗਾਈਆਂ ਲਿਆਉਂਦਾ, ਅਸੀਂ ਵੀ ਇਹਦੇ ਕੋਲ ਗਾਈ ਲੈਣੀ ਪਹੁੰਚੇ ਆ, ਠੀਕ ਹੈ, ਆ ਬਾਈ ਹੋਰਾਂ ਨੇ ਵੀ ਗਾਂ ਲੈਣ ਵਾਸਤੇ ਪਹੁੰਚੇ ਨੇ, ਥੋੜਾ ਵੀਡੀਓ ਕਰਕੇ ਕੰਮ ਡਿਲੇ ਕਰਖਿਆ ਸੀ, ਹੋ ਸਕਦਾ ਵੀ ਬਾਈ ਹੋਰਾਂ ਦਾ ਵੀ ਕਿਸੇ ਗਾਂ ਦਾ ਰੱਜੇ ਸੌਦਾ ਬਾਈ ਨਾਲ, ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਮੈਂ ਅੰਦਰ ਵੀ ਬਾਈ ਕੋਲ ਗਾਵਾਂ ਹੁੰਦੀਆਂ, ਤਕਰੀਬਨ ਹੁੰਦੀਆਂ ਆਪਣੇ ਕੋਲੇ, ਹਾਂ ਐਡਰੈਸ ਤੇਰਾ ਦੱਸ ਦੇ ਇੱਕ ਵਾਰੀ ਦੁਬਾਰੇ, ਐਡਰੈਸ ਆਪਣਾ ਸੇਖਾ ਰੋਡ ਬਰਨਾਲਾ ਜੀ, ਗੁਰੂ ਰਾਮਦਾਸ ਨਗਰ ਪੈਂਦਾ, ਨੇੜੇ ਗਊਸ਼ਾਲਾ ਪੈਂਦੀ ਹੈ ਜੀ ਆਪਣੇ ਸੰਕਟ ਮੋਚਨ, ਤੇ ਬਾਕੀ ਨੰਬਰ ਬਾਈ ਦਾ ਸੱਜਣੋ ਵੀਡੀਓ ਤੇ ਲਾ ਦੂੰਗਾ, ਇਹਨਾਂ ਤੋਂ ਯਾਰ ਜਿਹੜਾ ਵੀ ਨਗੀਨਾ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਜੱਗੀ ਤੋਂ ਖਰੀਦ ਕੇ ਲੈ ਜਿਓ, ਧੰਨਵਾਦ ਜੀ।